ਦਿੱਲੀ ਚ ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ ਸਰਕਾਰ ਨੇ ਜੋ ਪ੍ਰਸਤਾਵ ਭੇਜਿਆ ਸੀ ਉਸ ਨੂੰ ਰੱਦ ਕਰ ਦਿੱਤਾ ਗਿਆ ਤਾਂ ਕੀ ਸਰਕਾਰ ਨਵਾਂ ਪ੍ਰਸਤਾਵ ਕਿਸਾਨਾਂ ਦੇ ਸਾਹਮਣੇ ਪੇਸ਼ ਕਰੇਗੀ ਔਰ ਸਰਕਾਰ ਇਸ ਵੇਲੇ ਫਾਰਮੂਲਾ ਕੀ ਤਿਆਰ ਕਰ ਰਹੀ ਹੈ ਕਿ ਇਸ ਅੰਦੋਲਨ ਨੂੰ ਖਤਮ ਕੀਤਾ ਜਾਵੇ ਔਰ ਜੋ ਨਵੇਂ ਕਾਨੂੰਨਾਂ ਨੂੰ ਲੈ ਕੇ ਰੇੜਕਾ ਬਣਿਆ ਹੋਇਆ ਉਸ ਨੂੰ ਖਤਮ ਕੀਤਾ ਜਾਵੇ ਭਾਜਪਾ ਦੇ ਸੀਨੀਅਰ ਆਗੂ ਸੁਰਜੀਤ ਕੁਮਾਰ ਜੈਨੀ ਨੇ ਜੈਨੀ ਸਾਹਿਬ ਨਵਾਂ ਫਾਰਮੂਲਾ ਕੀ ਹੈ ਪਹਿਲਾ ਤਾਂ ਪ੍ਰਸਤਾਵ ਜਿਹੜਾ ਭੇਜਿਆ ਔਰ ਰੱਦ ਕਰ ਦਿੱਤਾ ਗਿਆ ਗੱਲਬਾਤ ਦੋਵੇਂ ਪਾਸੋਂ ਹੋਣੀ ਚਾਹੀਦੀ ਹੈ ਕਿਉਂਕਿ ਟੇਬਲ ਟਾਕ ਦੇ ਜ਼ਰੀਏ ਮਸਲੇ ਦਾ ਹੱਲ ਹੋਏਗਾ ਫਾਰਮੂਲਾ ਸਰਕਾਰ ਸੈਂਟਰ ਸਰਕਾਰ ਜਿਹੜੀ ਹੈ ਕਿਸਾਨਾਂ ਦੇ ਹਿੱਤ ਵਿੱਚ ਹੈ ਔਰ ਜੋ ਜਿੰਨੀ ਡਿਮਾਂਡ ਸੀ ਕਿਸਾਨਾਂ ਦੀ ਜਿਹੜੀ ਸਮੱਸਿਆ ਉਹਦੇ ਵਿੱਚ ਬਿਲ ਦੇ ਵਿੱਚ ਸੀਗੀ ਉਹ ਸਾਰੀ ਜਿਹੜੀ ਹੈ ਪ੍ਰਪੋਜ਼ਲ ਦੇ ਵਿੱਚ ਤਿਆਰ ਕਰਕੇ ਉਹ ਭੇਜਤੀ ਸੀਗੀ ਤੇ ਸਰਕਾਰੇ ਵੀ ਕਹਿੰਦੀ ਹੈ ਕਿ ਅਗਰ ਹੋਰ ਵੀ ਕੋਈ ਗੱਲ ਬਾਤ ਆਪਣੀ ਹੈ ਕਿਸਾਨਾਂ ਦੀ ਕੋਈ ਸਮੱਸਿਆ ਹੈ ਤਾਂ ਆਪਾਂ ਉਹ ਵੀ ਗੱਲ ਕਰਨ ਨੂੰ ਤਿਆਰ ਆ ਆਓ ਬੈਠੀਏ ਪ੍ਰਪੋਜ਼ਲ ਪਰ ਕਿਸਾਨ ਜਥੇਬੰਦੀਆਂ ਜਿਹੜੀ ਇੱਕ ਗੱਲ ਤੇ ਕਹਿੰਦੀ ਹੈ ਵੀ ਕਾਨੂੰਨ ਜਿਹੜਾ ਉਹ ਵਾਪਸ ਲਿੱਤਾ ਜਾਏ ਦੇਖੋ ਮੇਰੀ ਰਿਕਵੈਸਟ ਮੇਰੀ ਪ੍ਰਾਰਥਨਾ ਹੈ ਦੇਖੋ ਹੱਥ ਜੋੜ ਕੇ ਵੀ ਹੈ ਜਥੇਬੰਦੀਆਂ ਤੋਂ ਵੀ ਹੈ ਔਰ ਆਮ ਆਵਾਮ ਪੰਜਾਬ ਦੇ ਜਿੰਨੇ ਵੀ ਕਿਸਾਨ ਔਰ ਨੌਜਵਾਨ ਆਏ ਹੋਏ ਨੇ ਉਹਨਾਂ ਅਗੇ ਪ੍ਰਾਰਥਨਾ ਹੈ ਕਿ ਤੋ ਕੋ ਸਰਕਾਰ ਆਪਾਂ ਹੀ ਬਣਾਈ ਹੈ ਸਰਕਾਰ ਕੋਈ ਉੱਤੋਂ ਨਹੀਂ ਆਈ ਮੋਦੀ ਸਾਹਿਬ ਨੂੰ ਅਗਰ ਦੂਜੀ ਵਾਰੀ ਬਣਾਏ ਆਪਾਂ ਹੀ ਬਣਾਇਆ ਤੇ ਸਰਕਾਰ ਦੀ ਅਗਰ ਕੋਈ ਮਜਬੂਰੀ ਹੈ ਸਰਕਾਰ ਦੀ ਕੋਈ ਅੜੀ ਨਹੀਂ ਹੈ ਅੜੀ ਨੀਤੀ ਸਰਕਾਰਾਂ ਦੀ ਕਦੀ ਨਹੀਂ ਹੁੰਦੀ ਔਰ ਅੜੀ ਨੀਤੀ ਕਿਉਂ ਨਹੀਂ ਹੁੰਦੀ ਕਿ ਪ੍ਰਦੇਤੰਤਰ ਦੇ ਵਿੱਚ ਸਰਕਾਰ ਬਣਦੀ ਹੈ ਤੇ ਲੋਕ ਵੋਟ ਪਾਉਂਦੇ ਨੇ ਤੇ ਅਸੀਂ ਲੋਕਾਂ ਦੇ ਦਵਾਰ 'ਚ ਫਿਰ ਜਾਣਾ ਹੈ ਆਹ ਟਾਈਮ ਜਦੋਂ ਪੰਜਾਬ ਦੇ ਵਿੱਚ ਅਸੀਂ ਸਾਲ ਬਾਅਦ ਚਲੇ ਜਾਣਾ ਹੈ ਸੈਂਟਰ ਸਰਕ 24 ਤੇ ਜਾਣਾ ਅਸੀਂ ਲੋਕਾਂ ਦੇ ਵਿੱਚ ਜਾਣਾ ਕਰ ਕਰ ਜਾਣਾ ਡੋਰ ਡੂਟ ਜਾਣਾ ਇਹਨਾਂ ਲੋਕਾਂ ਨੇ ਇਮਾਨ ਵਥਣਾ ਇਹਨਾਂ ਲੋਕਾਂ ਨੇ ਸਮਾਨ ਵਥਣਾ ਇਹਨਾਂ ਲੋਕਾਂ ਦੀ ਗੱਲ ਸਾਰਿਆਂ ਦੀ ਅਸੀਂ ਕਰਨੀ ਹੁੰਦੀ ਹੈ ਅਸੀਂ ਵਾਦੇ ਵੀ ਕੀਤੇ ਹੁੰਦੇ ਆ ਸਾਨੂੰ ਉਹਨਾਂ 'ਤੇ ਧਿਆਨ ਦੇਖੇ ਪੂਰੇ ਕਰਨੇ ਚਾਹੀਦੇ ਤਾਂ ਹੁਣ ਮੇਰੀ ਪ੍ਰਸਨਆਈ ਹੈ ਕਿ ਸਰਕਾਰ ਦੀ ਜੇ ਕੋਈ ਮਜਬੂਰੀ ਸਰਕਾਰ ਦੀ ਹੋਵੇ ਤਾਂ ਸਾਨੂੰ ਉਹ ਸਮਝਣੀ ਚਾਹੀਦੀ ਹੈ ਸਾਰਿਆਂ ਨੂੰ ਪੰਜਾਬ ਦੇ ਔਰ ਹਿੰਦੁਸਤਾਨ ਦੇ ਸਾਰੇ ਲੋਕਾਂ ਨੂੰ ਵੀ ਸਰਕਾਰ ਦੀ ਅੜੀ ਨੀਤੀ ਨਹੀਂ ਹੈ ਕੋਈ ਅਗਰ ਕਹਵੇ ਨਾ ਵੀ ਸਰਕਾਰ ਦੀ ਅੜੀ ਨੀਤੀ ਹੈ ਸਰਕਾਰ ਦੀ ਅੜੀ ਨੀਤੀ ਹੈ ਮੇਰੀ ਗੱਲ ਅਮੂਮਨ ਹੁੰਦੀ ਹੈ ਸਰਕਾਰ ਤਿਆਰ ਹੈ ਸਰਕਾਰ ਜਿਹੜੀ ਮਤਲਬ ਸਰਕਾਰ ਨੂੰ ਕੋਈ ਅੜਚਨ ਆ ਰਹੀ ਹੈ ਉਹ ਜਥੇ ਬੰਦੀਆਂ ਨੂੰ ਦੱਸੀ ਵੀ ਹੈ ਕੀ ਪੁਆਇੰਟ ਦੱਸਿਆ ਹੈ ਕੀ ਕੀ ਅੜਚਨ ਕੀ ਦਿੱਕਤ ਹੈ ਕੀ ਮਜਬੂਰੀ ਹੈ ਸਰਕਾਰ ਦੀ ਕਾਨੂੰਨ ਜਿਹੜਾ ਨਾ ਜੀ ਅੰਗਰੇਜ਼ਾਂ ਦੇ ਟਾਈਮ ਵੀ ਕਾਨੂੰਨ ਬਣੇ ਨੇ ਔਰ ਆਜ਼ਾਦੀ ਦੇ ਬਾਅਦ ਗਣਤੰਤਰ ਦਿਵਸ ਤੋਂ ਬਾਅਦ ਉਹਦੇ ਵੀ ਅੰਮਿਤਕਰ ਜੀ ਨੇ ਕਾਨੂੰਨ ਬਣਾਏ ਨੇ ਔਰ ਉਹਦੇ ਬਾਅਦ ਜਦੋਂ ਵੀ ਕਿਸੇ ਚੀਜ਼ ਦੀ ਲੋੜ ਪੈਂਦੀ ਅਸੀਂ ਕਾਨੂੰਨ ਬਣਾਉਂਦੇ ਆ ਔਰ ਕਾਨੂੰਨ ਬਣਾਉਂਦੇ ਹਨ ਕਾਨੂੰਨ ਦੇ ਵਿੱਚ ਆਮ ਆਵਾਮ ਦੇ ਵਿੱਚ ਜਾਂ ਕਿਸੇ ਦੇ ਵਿੱਚ ਪਰੇਸ਼ਾਨੀ ਆਂਦੀ ਹੈ ਤੇ ਉਹਦੇ ਵਿੱਚ ਜਿਹੜਾ ਹੈ ਅਸੀਂ ਸੋਧ ਕਰਦੇ ਹਾਂ ਔਰ ਕਾਨੂੰਨਾਂ ਦੇ ਵਿੱਚ ਸੋਧ ਬਹੁਤ ਬੜੀ-ਬੜੀ ਬਾਹਰ ਹੋਈ ਹੈ ਤਰ ਬਾਰ ਕਾਨੂੰਨਾਂ 'ਚ ਸੋਧ ਅਸੀਂ ਕਰਦੇ ਹਾਂ ਕਿ ਕਾਨੂੰਨ ਦੇ 700 ਵਾਰੀ 50 ਵਾਰੀ 5 ਵਾਰੀ ਕਿੰਤੀ ਸੋਧ ਕਰਦੇ ਰਹਿੰਦੇ ਆਵੇਂ ਪੰਜਾਬ 'ਚ ਵੀ ਕਰਦੇ ਆ ਸੈਂਟਰ ਸਰਕਾਰ ਵੀ ਕਰਦੀ ਆ ਫਿਰ ਉਹਦੀ ਪਾਲਣਾ ਵੀ ਹੁੰਦੀ ਆ ਤਾਂ ਇਸ ਕਰਕੇ ਜਿਹੜੀ ਸਾਡੀ ਸਮੱਸਿਆ ਇਹਦੇ ਵਿੱਚੋਂ ਨਿਕਲ ਚੁੱਕੀ ਹੈ ਤਾਂ ਆਪਾਂ ਇਹ ਜਿੱਦ ਜਿਹੜੀ ਹੈ ਵੀ ਅਬ ਕਾਨੂੰਨ ਵਾਪਸ ਲੈਣਾ ਹੈ ਤਾਂ ਇਹਦੇ ਵਿੱਚ ਅਗਰ ਜਥੇਬੰਦੀਆਂ ਸੋਚਣ ਜਾਂ ਆਮ ਆਵਾਮ ਸੋਚਣ ਕਿ ਵੀ ਅਸੀ ਇਹ ਮਤਲਬ ਕੋ ਸਰਕਾਰ ਦੇ ਵਿੱਚ ਦੇਖੋ ਜਿਹੜੀ ਚੀਜ਼ ਕਿਸੇ ਤਾਪਾ ਮੰਗੇ ਆਪਾਂ ਉਹਦਾ ਵੀ ਦੇਖਿਓ ਕਿ ਦੇ ਸਕਦਾ ਹੈ ਜਾਂ ਨਹੀਂ ਦੇ ਸਕਦਾ ਸਰਕਾਰ ਦੀ ਮਜਬੂਰੀ ਕੀ ਆ ਰਹੀ ਤੁਸੀਂ ਕਹ ਮਜਬੂਰੀ ਆ ਰਚਨ ਸਰਕਾਰ ਦੀ ਮਜਬੂਰੀ ਦੇਖੋ ਕਈ ਮਜਬੂਰੀਆਂ ਹੈ ਮਜਬੂਰੀ ਉਹਨਾਂ ਨੇ ਦੱਸੀ ਹੈ ਕੋਈ ਮੈਂ ਮੀਟਿੰਗ ਦੇ ਵਿੱਚ ਨਹੀਂ ਹੁੰਦਾ ਜਿੱਥੇ ਬੰਦਿਆਂ ਨੂੰ ਮਜਬੂਰੀ ਦੱਸੀ ਹੈ ਰ ਆਪਾਂ ਨੂੰ ਪਤਾ ਹੈ ਕਿ ਇਸ ਤਰ੍ਹਾਂ ਦੇ ਕਾਨੂੰਨ ਜੇ ਬਣਦੇ ਆ ਕਾਨੂੰਨ ਤੋੜਨ ਨਾਲ ਜਿਹੜਾ ਹੈ ਸਰਕਾਰ ਨੇ ਅੱਗੇ ਚਲਾਣਾ ਹੈ ਔਰ ਵੀ ਕੰਮ ਚੱਲਨੇ ਨੇ ਤੇ ਤਾਂ ਆਪਣਾ ਮਸਲ ਹੋ ਜਾ ਕਾਵਤ ਹੈ ਸੱਪ ਵੀ ਮਰ ਜੇ ਛੋਟੀ ਵੀ ਬਚ ਜੇ ਦੋਨੋਂ ਚੀਜ਼ ਬਚਣੀ ਚਾਹੀਦੀ ਹੈ ਨਾ ਜੀ ਤੇ ਸਭ ਮਰਦੇ ਸੋਟੀ ਟੁੱਟ ਜੇ ਜਾਂ ਸੋਟੀ ਟੁੱਟੇ ਸਭ ਨਾ ਮਰੇ ਤਾਂ ਗੱਲ ਬਣਦੀ ਨਹੀਂ ਲੇਕਿਨ ਮਸਲੇ ਦਾ ਹੱਲ ਹੋਏਗਾ ਕਿਵੇਂ ਤੁਸੀਂ ਮਜਬੂਰੀਆਂ ਕਿਨਾਰੇ ਹੋ ਕਿਸਾਨ ਆਪਣੀ ਗੱਲ ਕਹਿ ਰਹੇ ਨੇ ਤਾਂ ਫਿਰ ਮਸਲੇ ਦਾ ਹੱਲ ਹੋਏਗਾ ਕੋਈ ਤੀਜੀ ਧਿਰ ਕਿਹੜੀ ਵਿੱਚ ਆਏਗੀ ਕਿਉਂਕਿ ਸਰਕਾਰ ਲਗਾਤਾਰ ਗੱਲਬਾਤ ਕਰ ਰਹੀ ਹੈ 8-8 ਘੰਟੇ ਮੀਟਿੰਗਾਂ ਹੋ ਰਹੀਆਂ ਕੋਈ ਨਤੀਜਾ ਨਹੀਂ ਨਿਕਲ ਰਿਹਾ ਕਿਸਾਨਾਂ ਨੇ ਹੁਣ ਕਹਿੰਦਾ ਨਵਾਂ ਪ੍ਰਪੋਜ਼ਲ ਕਾਨੂੰਨ ਰੱਦ ਕਰਨ ਨੂੰ ਲੈ ਕੇ ਹੋਏਗਾ ਤਾਂ ਅਸੀਂ ਤਾਂ ਜਾਵਾਂਗੇ ਸਰਕਾਰ ਦੇ ਨਾਲ ਗੱਲਬਾਤ ਕਰਨ ਲਈ ਫਿਰ ਤੀਜੀ ਧਿਰ ਕਿਹੜੀ ਗੱਲਬਾਤ ਕਰੇਗੀ ਮਸਲੇ ਦਾ ਹੱਲ ਹੋਏਗਾ ਕਿਵੇਂ ਤੀਜੀ ਧਿਰ ਉਹ ਗੱਲ ਕਰੇਗੀ ਜ 5 ਸਾਲ ਜਿਹੜੇ ਐ ਬਾਦਲ ਸਾਹਿਬ ਮੁੱਖ ਮੰਤਰੀ ਰਹੇ ਨੇ 5 ਸਾਲ ਇਹਨਾਂ ਲੋਕਾਂ ਨੇ ਬਣਾਇਆ ਮਾਨ ਸਨਮਾਨ ਦਿੱਤਾ ਦੋ ਵਾਰੀ ਕੈਪਟਨ ਸਾਹਿਬ ਰਹੇਗੇ ਔਰ ਮੇਰੇ ਪਰ ਘ ਵੀ ਛੋਟਾ ਬੰਦਾ ਇਹਨਾਂ ਕਿਸਾਨਾਂ ਦੇ ਕਰਕੇ ਔਰ ਜਿਹੜੇ ਪਿੰਡਾਂ ਦੇ ਵਿੱਚ ਸਾਡੇ ਲੋਕ ਸ਼ਹਿਰਾਂ ਦੇ ਵਿੱਚ ਲੋਕ ਜਿੰਨੇ ਵੀ ਹੈਗੇ ਉਹਨਾਂ ਨੇ ਸਾਨੂੰ ਵੀ ਮਾਨ ਸਨਮਾਨ ਦਿੱਤਾ ਮੈਂ ਛੋਟਾ ਜਿਹਾ ਮੈਂ ਤਿੰਨ ਵਾਰੀ ਸੁੱਖ ਮਾਣਿਆ ਬਾਦਲ ਸਾਹਿਬ ਨੇ ਪੰਜ ਵਾਰੀ ਮੁੱਖ ਮੰਤਰੀ ਦਾ ਮਾਣਿਆ ਔਰ ਜਿਹੜੇ ਮਤਲਬ ਕੈਪਟਨ ਸਾਹਿਬ ਨੇ ਦੋ ਵਾਰੀ ਮਾਣਿਆ ਔਰ ਇਸ ਤਰ੍ਹਾਂ ਕਿੰਨੇ ਲੋਕ ਨੇ ਸਾਡੇ ਕੰਦੇ ਅਸੀਰਵਾਦ ਨਾਲ ਅਸੀਂ ਸੁਖਮਾਨ ਅੱਜ ਉਹ ਅਗਰੇਥੇ ਦੁਖੀ ਨੇ ਤਾਂ ਅਸੀਂ ਉੱਥੇ ਬੈਠ ਗਏ ਇਹ ਤਾਂ ਗੱਲ ਨਹੀਂ ਹੈ ਕਿ ਅਸੀਂ ਆਪ ਦਾ ਕੋਈ ਅਵਾਰਡ ਮਿਲਿਆ ਵਾਪਸ ਮੈਨੂੰ ਇਹ ਚੀਜ਼ ਨਹੀਂ ਦੱਸਦੀ ਤੁਸੀਂ ਕਹਿ ਰਹੇ ਹੋ ਕੈਪਟਨ ਤੇ ਬਾਦਲ ਵਿੱਚ ਹਨ ਉਹ ਕਿਸਾਨ ਜੱਥੇ ਰੁੰਦੀਆਂ ਨਾਲ ਗੱਲ ਕਰਨ ਉਹਨਾਂ ਨੇ ਮਿੱਠਾ ਖਾਇਆ ਪੰਜਾਬ ਦਾ ਕੋੜਾ ਵੀ ਖਾਣ ਲੋਕ ਕੀ ਜੰਨੀ ਸਮੱਸਿਆ ਦੇ ਵਿੱਚ ਆਏ ਬੈਠੇ ਨੇ ਆਣਾ ਚਾਹੀਦਾ ਤੁਸੀਂ ਕਹਿ ਰਹੇ ਹੋ ਤੀਜੀ ਧਿਰ ਕੈਪਟਨ ਅਮਰਿੰਦਰ ਸਿੰਘ ਤੇ ਪ੍ਰਕਾਸ਼ ਸਿੰਘ ਬਾਦਲ ਬਣਨ ਜੋ ਕਿਸਾਨ ਜੱਥੇ ਬੰਦੀਆਂ ਤੇ ਸਰਕਾਰ ਦੇ ਵਿਚਾਲੇ ਗੱਲਬਾਤ ਕਰਨ ਮੇਰੀ ਰਿਕਵੈਸਟ ਹੈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੋਂ ਔਰ ਸਰਦਾਰ ਕੈਪਟਨ ਸਾਹਿਬ ਜਿਹੜੇ ਸਾਡੇ ਅਰਵਿੰਦਰ ਸਿੰਘ ਉਹਨਾਂ ਤੋਂ ਰਿਕਵੈਸਟ ਹੈ ਕਿ ਉਹ ਆਪ ਆਪਣੀ ਟੀਮ ਲੈ ਕੇ ਔਰ ਦੇਖੋ ਨਰਿੰਦਰ ਮੋਦੀ ਜੀ ਬਾਦਰ ਸਾਹਿਬ ਦੇ ਰਿਸਪੈਕਟ ਕਰਦੇ ਸਾਰਿਆਂ ਦੀ ਕਰਦੇ ਕੋਈ ਅਜੀਗਲ ਨਹੀਂ ਹੈ ਮੋਦੀ ਸਾਹਿਬ ਸਾਰਿਆਂ ਨੂੰ ਜਾਣਦੇ ਸਾਰੇ ਇਹਨਾਂ ਨੂੰ ਜਾਣਦੇ ਆ ਤੇ ਆਣ ਇੱਥੇ ਆ ਕੇ ਇਹਨਾਂ ਦੀ ਗੱਲ ਕਰਨ ਜੋ ਵੀ ਅੜਚਲ ਔਕੜ ਹੈ ਵਿੱਚ ਦੇਖੋ ਹਮੇਸ਼ਾ ਕੀ ਹੁੰਦੀ ਹੈ ਕਿ ਦੋ ਚੀਜ਼ਾਂ ਦੇ ਕੋਈ ਚੀਜ਼ ਫਸ ਜਾਂਦੀ ਹੈ ਆਪਾਂ ਪੰਚਾਇਤ ਕਰਦੇ ਆਂ ਪਿੰਡ ਦੇ ਵਿੱਚ ਪੰਚਾਇਤ ਕਰਦੇ ਆਂ ਜੇਕਰ ਦੋ ਦਿਨਾਂ ਦੀ ਕੋਈ ਗੱਲ ਅੜ ਜਾਂਦੀ ਹੈ ਤਾਂ ਵਿੱਚ ਤੀਜੀ ਧਿਰ ਦਾ ਆਣਾ ਜ਼ਰੂਰੀ ਹੁੰਦਾ ਹੈ ਤੇ ਉਹ ਕਹਿੰਦੇ ਵੀ ਸਾਨੂੰ ਜੱਥੇਬੰਦੀਆਂ ਅੰਦਰ ਨਹੀਂ ਜਾਣਦੇ ਚਲੋ ਜੱਥੇਬੰਦੀਆਂ ਨਾਲ ਆਪਾਂ ਪ੍ਰਾਰਥਨਾ ਕਰੀਏ ਮੈਂ ਜਿਹੜੀ ਗੱਲ ਹੋਰ ਵੀ ਕਹੀ ਸੀਗੀ ਕਿ ਇਹ ਕਾਨੂੰਨ ਜਿਹੜੇ ਹਨ ਜੀ ਇਹ ਕਾਨੂੰਨ ਤਾਂ ਪੰਜਾਬ 'ਚ ਤਾਂ ਅਲਰੇਡੀ ਪਹਿਲੇ ਬਣਾਏ ਹੋਏ ਸੀ ਇਹ ਕੈਪਟਨ ਸਾਹਿਬ ਜਿਹੜੇ ਅੱਜ ਵੱਡੇ ਘਰਾਣੇ ਦੀ ਗੱਲ ਕਰਦੇ ਆ ਇਹ ਤਾਂ 14 ਸਾਲ ਪਹਿਲੇ ਕੈਪਟਨ ਸਾਹਿਬ ਜਦੋਂ ਸਰਕਾਰ ਸੇ ਉਹ ਤੋਂ ਕੈਪਟਨ ਸਾਹਿਬ ਵੀ ਲੈ ਕੇ ਗਏ ਨੇ ਇਹ ਕੰਟ੍ਰੈਕਟ ਫਾਰਮਿੰਗ ਦਾ ਵੱਡੇ ਘਰਾਣਾਂ ਦਾ ਇਹ ਸਾਰਿਆਂ ਦਾ ਸਾਰਿਆਂ ਅਸੀਂ ਤੇ ਕੋਈ ਕੈਪਟਨ ਅਮਰਿੰਦਰ ਸਿੰਘ ਔਰ ਪ੍ਰਕਾਸ਼ ਸਿੰਘ ਬਾਦਲ ਨੂੰ ਰਿਕੁਐਸਟ ਕਰ ਰਹੇ ਹਾਂ ਲੇਕਿਨ ਉਹ ਕਿਉਂ ਆਣ ਪ੍ਰਕਾਸ਼ ਸਿੰਘ ਬਾਦਲ ਦੀ ਪਾਰਟੀ ਨੇ ਤਾਂ ਤੁਹਾਡੇ ਨਾਲ ਅਲਾਈਂਸ ਸਭ ਤੋਂ ਪੁਰਾਣਾ ਅਲਾਈਂਸ ਇਸੇ ਵਜ੍ਹਾ ਕਰਕੇ ਤੋੜ ਦਿੱਤਾ ਤਾਂ ਉਹ ਕਿਉਂ ਵੇਚਣ ਕੈਪਟਨ ਅਮਰਿੰਦਰ ਸਿੰਘ ਨੂੰ ਤਾਂ ਉਹ ਮੁੱਖ ਮੰਤਰੀ ਨੇ ਉਹ ਤਾਂ ਕਹਿ ਰਹੇ ਸੀ ਕਿਸਾਨਾਂ ਦੇ ਨਾਲ ਆ ਉਹ ਵਿੱਚ ਕਿਉਂ ਆਣ ਸਰਕਾਰ ਦੇ ਹੱਥ ਖੜੇ ਨੇ ਵੀ ਆਪ ਦੀ ਜਾਨ ਬਚਾਉਣ ਵਾਸਤੇ ਕੀਤਾ ਲੈ ਇਹ ਗੱਲ ਨਹੀਂ ਹੁੰਦੀ ਕਿੰਨੇ ਕਿੰਨੇ ਆਪਣੀ ਜਾਨ ਵਚਨ ਲਈ ਕੀਤਾ ਤੁਸੀਂ ਅਕਾਲੀ ਦਲ ਦਾ ਕਹਿ ਰਹੇ ਹੋ ਤੁਸੀਂ ਸਾਰੇ ਜਿੰਨੇ ਵੀ ਕੋਈ ਵੀ ਹੈ ਦੇਖੋ ਅੱਜ ਵੀ ਸਾਡੇ ਤੇ ਕੋਈ ਇਸੇ ਤਰ੍ਹਾਂ ਦਾ ਰੋਸ ਨਾ ਆਵੇ ਅਸੀਂ ਕਹਿੰਨੇ ਆ ਕਿ ਭਗਤ ਸਿੰਘ ਦਾ ਪੈਦਾ ਹੋਵੇ ਹੋਣਾ ਚਾਹੀਦਾ ਪਰ ਸਾਡੇ ਘਰੇ ਨਾ ਹੋਵੇ ਪੜੋਸ਼ਿਆਂ ਦੇ ਹੋਵੇ ਤਾਂ ਕਿ ਸਾਡੇ ਪੁਲਿਸ ਵਾਲੇ ਸਾਡੇ ਘਰੇ ਨਾ ਆਵੇ ਪੜੋਸ਼ਿਆਂ ਦੇ ਘਰੇ ਭਗਤ ਪੈਦਾ ਜਰੂਰ ਹੋਣਾ ਚਾਹੀਦਾ ਭਗਤ ਸਿੰਘ ਪਰ ਹੋਵੇ ਪੜੋਸ਼ਿਆਂ ਦੇ ਆ ਗੱਲ ਨਹੀਂ ਚੱਛਦੀ ਮੇਰੀ ਰਿਕਵੈਸਟ ਹੈ ਦੇਖੋ ਗੱਲ ਕਹਿੰਦੇ ਵੀ ਅਸੀਂ ਗਏ ਮੈਂ ਗੱਲ ਕੀਤੀ ਉਹ ਵਕਤ ਹੋਰ ਹੁੰਦਾ ਅਸੀਂ ਗੱਲ ਦਾ ਬਾਰ ਬਾਰ ਪ੍ਰਯਾਸ ਕਰਨਾ ਚਾਹੀਦਾ ਹੈ ਇਹਨਾਂ ਪੰਜਾਬ ਦੇ ਲੋਕਾਂ ਨੇ ਇਹਨਾਂ ਕਿਸਾਨਾਂ ਨੇ ਅੱਜ ਮੇਰੀਆਂ ਮਾਤਾ ਸੜਕ ਤੇ ਬੈਠੀਆਂ ਹੈ ਤੁਹਾਨੂੰ ਲੱਗਦਾ ਗਲਤੀ ਹੋਈ ਸਰਕਾਰ ਕੋ ਪਹਿਲਾਂ ਕਿਸਾਨਾਂ ਨੂੰ ਬੁਲਾ ਕੇ ਗੱਲਬਾਤ ਕਰਨੀ ਚਾਹੀਦੀ ਸੀ ਤਾਂ ਇਹਨਾਂ ਰੇੜਕਾ ਬੰਦਾ ਹੀ ਨਹੀਂ ਕਾਨੂੰਨ ਆਉਣ ਤੋਂ ਪਹਿਲਾਂ ਜਿਹੜੇ ਕਿਸਾਨਾਂ ਲਈ ਗੱਲ ਕੀਤੀ ਜਾ ਰਹੀ ਹੈ ਤੇ ਉਹ ਉਹ ਗੱਲ ਕਰਨੀ ਚਾਹੀਦੀ ਸੀ ਕਿਸਾਨਾਂ ਨਾਲ ਤਾਂ ਇਹਨਾਂ ਰੋਲਾ ਪੈਂਦਾ ਹੀ ਨਾ ਪੰਕਜ ਜੀ ਮੇਰੀ ਗੱਲ ਸੁਣੋ ਗਲਤੀ ਕੀ ਦੀ ਹੋਈ ਹੈ ਗਲਤੀ ਤਾਂ ਹੋਈ ਹੈ ਸਾਡੇ ਤੋਂ ਪੰਜਾਬ ਵਾਲਿਆਂ ਤੋਂ ਅਸੀਂ ਇਹ ਕਾਨੂੰਨ ਤਾਂ ਪਹਿਲੇ ਬਣਾ ਚੁੱਕੇ ਕੰਟੈਕਟ ਫਾਰਮ ਹੀ ਚੱਲਦੀ ਹੈ ਸਾਡੇ ਬਾਹਰ ਦੇ ਜਿਹੜੇ ਵੱਡੇ ਘਰਾਣੇ ਦੀ ਗੱਲ ਕਰ ਸੀ ਪਹਿਲੇ ਲੈ ਆ ਸਕੇ ਜ਼ਮੀਨਦਾਰ ਨੂੰ ਦਿੱਤੇ ਲਾਇਸੈਂਸ ਪੰਪ ਦਿੱਤਾ ਉਹਨਾਂ ਨੂੰ ਗਾਰੰਟੀ ਦਿੱਤੀ ਉਹਨਾਂ ਤਸੱਲੀ ਦਿੱਤੀ ਅਸੀਂ ਲਿਖ ਕੇ ਦਿੱਤਾ ਤੁਸੀਂ ਪੰਜਾਬ ਸਾਡੇ ਪੰਜਾਬ ਤੇ ਆਓ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਏਗੀ ਤੇ ਧਿਆਵਾ ਵੀ ਨਹੀਂ ਲਗਣ ਦਿਆਂਗੇ ਹਮੇਸ਼ਾ ਕੋਈ ਫੈਕਟਰੀ ਕੋਈ ਏਜੰਸੀ ਬਾਹਰੋਂ ਆਂਦੀ ਹੈ ਕੋਈ ਕੰਪਨੀ ਲੱਗਦੀ ਹੈ ਸਰਕਾਰ ਤੋਂ ਗਾਰੰਟੀ ਲੈਂਦੀ ਹੈ ਕਿ ਸਾਡੀ ਸੁਰੱਖਿਆ ਉਹ ਕਹਿੰਦੇ ਸਾਰੀ ਚੀਜ਼ ਦਿਆਂਗੇ ਸਬਸਿਡੀ ਵੀ ਦਿੰਦੇ ਆ ਸਾਰਾ ਕੁਝ ਦਿੰਦੇ ਆ ਜਦੋਂ ਚੀਜ਼ ਲੱਗ ਕੇ ਆਕੇ ਇਹ ਜਿਹੜਾ ਨਰਿੰਦਰ ਪਰ ਮੈਨੂੰ ਇਹ ਵੀ ਦੁੱਖ ਹੈ ਕਿ ਉਸ ਟਾਈਮ ਅਗਰ ਸਾਡੀ ਜੱਥੇਬੰਦੀਆਂ ਜਾਗ ਜਾਂਦੀਆਂ ਗੱਲ ਕਰ ਲੈਂਦੀਆਂ ਤੇ ਨੋਬਤ ਨਹੀਂ ਆਣੀ ਸੀ ਤਾ ਪੰਜਾਬ ਦੇ ਕਲਪ ਵੱਲ ਤਾਂ ਮੋਦੀ ਸਾਹਿਬ ਦਾ ਦੇਖਣ ਦਾ ਵੀ ਪੰਜਾਬ ਜਿੱਤੇ ਆਲਰੇਡੀ ਚੱਲਦਾ ਹੀ ਹੋਣਾ ਰਿਹਾ ਐਸੇ ਪੈਟਰਨ ਨੂੰ ਜਿਹੜਾ ਹੈ ਉਹ ਹਿੰਦੁਸਤਾਨ ਚ ਜਿਹੜੀ ਸਾਰੇ ਤੇ ਸਾਰੇ ਹਿੰਦੁਸਤਾਨ ਚ ਕਾਨੂੰਨ ਜਿਹੜਾ ਬਣਾਇਆ ਹੈ ਲੇਕਿਨ ਜਿਹੜੇ ਨਵੇਂ ਨਵੇਂ ਕਾਨੂੰਨ ਬਣੇ ਸ਼ਾਇਦ ਸਰਕਾਰ ਪਹਿਲਾਂ ਕਿਸਾਨਾਂ ਨਾਲ ਗੱਲਬਾਤ ਕਰ ਲੈਂਦੀ ਤਾਂ ਇਨਾ ਰੋਲਾ ਪੈਣਾ ਨਹੀਂ ਸੀ ਕਿਉਂਕਿ ਤੁਸੀਂ ਕਹਿ ਰਹੇ ਹੋ ਕਿਸਾਨਾਂ ਵਾਲੀ ਕਿਸਾਨ ਕਹਿੰਦੇ ਸਾਨੂੰ ਕਾਨੂੰਨ ਚਾਹੀਦਾ ਦੇਖੋ ਗੱਲ ਇਹ ਹੈ ਕਿ ਸਰਕਾਰ ਜਿਹੜੀ ਹੈ ਨਹੀਂ ਜਿਹੜੀ ਸਰਕਾਰ ਕੋਈ ਕਾਨੂੰਨ ਬਣਾਉਂਦੀ ਹੈ ਉਹ ਪੂਰੀ ਉਹਦੀ ਮੀਟਿੰਗਾਂ ਹੁੰਦੀ ਹੈ ਉਹਦੇ ਵਿੱਚ ਮੁੱਖ ਮੰਤਰੀ ਜਿਹੜੀ ਆਪ ਦੀ رائے ਦਿੰਦੇ ਨੇ ਔਰ ਜਿਹੜਾ ਜਿਸ ਸੂ ਪਬਲਿਕ ਜਿਹੜੀ ਹੈ ਲੋਕ ਉਹਨਾਂ ਦਾ ਜਿਹੜਾ ਹੈ ਉਹ ਬਾਤ ਕਰਨ ਦੁੱਖ ਤਕਲੀਫ ਉਹਨਾਂ ਦੀ ਸਮੱਸਿਆ ਉਹ ਬਾਤ ਕਰਕੇ ਉਹ ਸੈਂਟਰ ਤੇ ਰੱਖ ਦੇਣੇ ਉਦੋਂ ਇਤਰਾਜ਼ ਕਰਨਾ ਚਾਹੀਦਾ ਹੈ ਇਤਰਾਜ਼ ਅਸੀਂ ਕੀ ਕਰੀਏ ਪੰਜਾਬ ਦੇ ਮੁੱਖ ਮੰਤਰੀ ਕਿਉਂ ਇਤਰਾਜ਼ ਕਰੇਗਾ ਉਹ ਤਾਂ ਆਲਰੇਡੀ ਬਿਠਾ ਹੀ ਬੈਠਾ ਸੀ ਹਾਂ ਜਿਹੜੀ ਗੱਲ ਮੋਦੀ ਸਾਹਿਬ ਨੇ ਇੱਥੇ ਕੀਤੀ ਆ ਤਾਂ ਆਲਰੇਡੀ ਅਸੀਂ ਪਹਿਲੇ ਹੀ ਬਣਾਏ ਬੈਠੇ ਸੀਗੇ ਤੁਸੀਂ ਭਾਜੀਪੀ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਾਂ ਪ੍ਰਕਾਸ਼ ਸਿੰਘ ਬਾਦਲ ਨਾਲ ਸੰਪਰਕ ਕਰ ਰਹੀ ਕਿ ਉਹ ਮਸਲੇ ਦਾ ਹੱਲ ਕਰਨ ਦੇ ਲਈ ਵਿਚ ਪੈਣ ਮੈਂ ਬੇਰਿਕਵੈਸਟ ਕੀਤੀ ਹੈ ਖਾਲੀ ਮੈਂ ਬੰਦੇ ਨੇ ਮੈਂ ਕਹਿੰਦਾ ਅਸੀਂ ਲੋਕਾਂ ਪੰਜਾਬ ਦੇ ਲੋਕਾਂ ਨੇ ਸਾਨੂੰ ਬੜਾ ਮਾਨ ਸਨਮਾਨ ਦਿੱਤਾ ਹੈ ਬੜੀ ਇੱਜ਼ਤ ਦਿੱਤੀ ਹੈ ਕਾਵਤ ਹੈ ਵੀ ਸਾਨੂੰ ਬੜੇ ਮਿੱਠੇ ਖਿਲਾਏ ਦੇ ਮਿੱਠਾ ਹੁਣ ਖਾਰਾ ਜਿਹੜਾ ਕੋੜਾ ਖਾਰਾ ਉਹ ਖਾਣਾ ਚਾਹੀਦਾ ਲੋਕਾਂ ਦੇ ਨਾਲ ਆਣਾ ਚਾਹੀਦਾ ਗੱਲ ਕਰਨੀ ਚਾਹੀਦੀ ਹੈ ਔਰ ਨਰਿੰਦਰ ਮੋਦੀ ਜੀ ਨਾਲ ਮਿਲ ਕੇ ਗੱਲ ਕਰਨ ਮੋਦੀ ਸਾਹਿਬ ਹੈ ਅਮਿਤ ਸ਼ਾਹ ਜੀ ਹੈ ਰਾਜਨਾਥ ਜੀ ਹੈ ਨਰਿੰਦਰ ਤੋਮਰ ਜੀ ਹੈ ਇਹ ਗੱਲ ਤਾਂ ਨਹੀਂ ਕੋਈ ਗੱਲ ਲੇਕਿਨ ਉਹ ਤਾਂ ਉਹ ਤਾਂ ਪ੍ਰਕਾਸ਼ ਸਿੰਘ ਬਾਦਲ ਹੋਣ ਜਾਂ ਫਿਰ ਕੈਪਟਨ ਅਮਰਿੰਦਰ ਸਿੰਘ ਹੋਣ ਜਾਂ ਅਕਾਲੀ ਦਲ ਹੋਵੇ ਉਹ ਕਹ ਰਿਹਾ ਕਿ ਅਸੀਂ ਕਾਨੂੰਨ ਰੱਦ ਕਿਤੇ ਜਾਣ ਅਸੀਂ ਤਾਂ ਕਿਸਾਨਾਂ ਦੇ ਭਲੇ ਲਈ ਇਹ ਕਹਿ ਰਹੇ ਹਾਂ ਔਰ ਇਸੇ ਕਰਕੇ ਐਲਾਈਅੰਸ ਵੀ ਤੋੜਤਾ ਇਸੇ ਕਰਕੇ ਅਵਾਰਡ ਵੀ ਵਾਪਸ ਕਰਤਾ ਔਰ ਇਸੇ ਕਰਕੇ ਆਪਣੇ ਸਾਥੀ ਤੋਂ ਵੱਖਰੇ ਵੀ ਹੋ ਗਏ ਇਸੇ ਕਰਕੇ ਮੰਤਰੀ ਪਦ ਵੀ ਛੱਡ ਦਿੱਤਾ ਪੰਖਜ ਜੀ ਗੱਲ ਸੁਣੋ ਅੱਜ ਤੱਕ ਜਿਹੜੀ ਅਸੀਂ ਗੱਲ ਕਰ ਰਹੇ ਆ ਨਾ ਜੀ ਅੱਜ ਤੱਕ ਅਸੀਂ ਜੋ ਬਿਆਨ ਬਾਜੀ ਜੋ ਵੀ ਦੇ ਰਿਹਾ ਨਾ ਉਹ ਦੇਖ ਰਿਹਾ ਕਿ ਅਸੀਂ ਆ ਇੱਕ ਬਾਜ਼ਾਰ ਆ ਗਿਆ ਅਜੇ ਸਮੱਸਿਆ ਹੈ ਤਾਂ ਅਸੀਂ ਵੋਟ ਲੁੱਟ ਲਈਏ ਅਜ ਵੋਟ ਦੇ ਲੁੱਟੇਰੇ ਬਣ ਕੇ ਅਸੀਂ ਫਿਰ ਰਹੇ ਆ ਮੈਂ ਕਹਿਣਾ ਚਾਹਨਾ ਕਿ ਜੇ ਅਗਰ ਸਾਡੀ ਕੋ ਰੰਜਸ ਹੈ ਕਿਸੇ ਨਾਲ ਹੈ ਅਗਰ ਪਾਰਟੀ ਬਾਜੀ ਦੇ ਕਿਸੇ ਦੀ ਗੱਲ ਹੈ ਤਾਂ ਸਾਨੂੰ ਕੀ ਹੈ ਕਿ ਉਹ ਛੱਡਣੀ ਚਾਹੀਦੀ ਹੈ ਇਲੈਕਸ਼ਨ ਜਦੋਂ ਆਣਗੇ ਸਾਲ ਬਾਅਦ ਇਲੈਕਸ਼ਨ ਆਊਗਾ ਅਸੀਂ ਸਟੇਜਾਂ ਤੇ ਬੀਜੇਪੀ ਨੇ ਆਪਦੀ ਗੱਲ ਰੱਖਣੀ ਹੈ ਕਾਲੀ ਦਲ ਨੇ ਆਪ ਰੱਖਣਾ ਉਦੋਂ ਕਹਿ ਲਈ ਇੱਕ ਦੂਸਰੇ ਨੂੰ ਜੋ ਐਲੀਗੇਸ਼ਨ ਲਾਣਾ ਲਾਈਏ ਕੋਈ ਗੱਲ ਨਹੀਂ ਪਰ ਅੱਜ ਜਿਹੜੀ ਹੈ ਨਾ ਅਸੀਂ ਕਿਸਾਨ ਦੇ ਹਿੱਤ ਵਿੱਚ ਸਾਰੇ ਪੰਜਾਬ ਦੇ ਜਿੰਨੇ ਵੀ ਛੋਟੇ ਮੋਟੇ ਕਿਸੇ ਤਰ੍ਹਾਂ ਦਾ ਕਿਸੇ ਉਹਦੇ ਤੇ ਰਿਹਾ ਬਾਵੇਂ ਛੋਟਾ ਜਿਹਾ ਚੇਅਰਮੈਨ ਵੀ ਰਿਹਾ ਕਿਸੇ ਉਹਦੇ ਕਿਸੇ ਪਾਰਟੀ ਦਾ ਰਿਹਾ ਅੱਜ ਸਾਨੂੰ ਸਾਡੇ ਲੋਕਾਂ ਦੇ ਨਾਲ ਆ ਕੇ ਇਹ ਜਿਹੜੀ ਸਮੱਸਿਆ ਹੈ ਜਿਹਦੇ ਵਿੱਚ ਕੋਈ ਅੜਚਲ ਹੈ ਤਾਂ ਮੋਦੀ ਸਾਹਿਬ ਕੋਈ ਹੈ ਜੀ ਮੋਦੀ ਸਾਹਿਬ ਕਦੇ ਅੜੀਲ ਨੀਤੀ ਨਹੀਂ ਅਪਣਾਉਂਦੇ ਨਾ ਹੀ ਅੱਜ ਤੱਕ ਅਪਣਾਈ ਹੈ ਲੇਕਿਨ ਕੇਂਦਰ ਦਾ ਮੋਦੀ ਸਾਹਿਬ ਦਾ ਇਹ ਕਿਹਾ ਜਾਂਦਾ ਨਾ ਕਿ ਅਗਰ ਕੋਈ ਸਟੈਂਡ ਲੈ ਲਿਆ ਵਾਪਸ ਨਹੀਂ ਲੇਟਾ ਜਾਏਗਾ ਔਰ ਭਾਜਪਾ ਦੇ ਖਿਲਾਫ ਪੰਜਾਬ ਚ ਸਾਰੀ ਸਿਆਸੀ ਪਾਰਟੀਆਂ ਹੋਈਆਂ ਤਾਂ ਕਿਉਂ ਫਿਰ ਜਾਂ ਫਿਰ ਅਕਾਲੀ ਦਲ ਮਦਦ ਕਰੇਗੀ ਕਿਉਂ ਉਹ ਤੁਹਾਡੀ ਜਿਹੜੀ ਰਿਕੁਐਸਟ ਮੰਨੇਗੀ ਮੈਂ ਗੱਲ ਕਹਿਣਾ ਚਾਹੁੰਦਾ ਤੁਹਾਨੂੰ ਜਿਹੜੇ ਮੋਦੀ ਸਾਹਿਬ ਦੇ ਪ੍ਰਤੀ ਜਿਹੜਾ ਰੋਸ ਹੋਇਆ ਹੈ ਨਾ ਜੀ ਵੱਡੇ ਘਰਾਣੇ ਅਡਾਨੀ ਅਬਾਨੀ ਹੋਰ ਹੈ ਇਹ ਮੋਦੀ ਸਾਹਿਬ ਦੇ ਕੋਈ ਚਾਚੇ ਦੇ ਪੁੱਤ ਨਹੀਂ ਹੈ ਕੋਈ ਉਹਨਾਂ ਦੇ ਰਿਸ਼ਤੇਦਾਰ ਨਹੀਂ ਹੈ ਕੋਈ ਭਰਾ ਨਹੀਂ ਹੈ ਮੋਦੀ ਸਾਹਿਬ ਨੇ ਤਾਂ ਆਪਣੇ ਭਰਾਵਾਂ ਦੀ ਬਦਲੀ ਤੱਕ ਨਹੀਂ ਕਰਾਈ ਮੋਦੀ ਸਾਹਿਬ ਦੇ ਭਰਾ ਅਜ ਤੱਕ ਦੀ ਪੀਐਮ ਹਾਊਸ ਤੇ ਨਹੀਂ ਆਇਆ ਅਜਾ ਛੋਟਾ ਜਾਅ ਉਧੇਦਾਰ ਬਣ ਜਾਂਦਾ ਹੈ ਉਹ ਰਿਸ਼ਤੇਦਾਰ ਟੂ 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 ਕਰਦਾ ਫਿਰਦਾ ਕਿਸੇ ਨੇ ਦੇਖਿਆ ਕਿ ਮੋਦੀ ਸਾਹਿਬ ਮੋਦੀ ਸਾਹਿਬ ਇੱਕੋ ਹੀ ਗੱਲ ਸਮਝਦੇ ਆ 130 35 ਕਰੋੜ ਲੋਕ ਮੇਰੇ ਨੇ ਇਹਦੇ ਬਾਸ ਉਹ ਬਾਸਨ ਦੇ ਵਿੱਚ ਵੀ ਕਹਿੰਦੇ ਨੇ ਤਾਂ ਆਪਾਂ ਇੱਕ ਉਦਾਹਰਣ ਤੋਰ ਕੇ ਦੇਖੇ ਨਾ ਜੀ ਦੇਖੋ ਮੋਦੀ ਸਾਹਿਬ ਆਪਣੇ ਪਰਿਵਾਰ ਵਾਸਤੇ ਨਹੀਂ ਕਰਦੇ ਮੋਦੀ ਸਾਹਿਬ ਦੇਸ਼ ਵਾਸਤੇ ਕਰਦੇ ਆ ਤੁਸੀਂ ਫੋਨ ਤੇ ਗੱਲਬਾਤ ਕਰੋਗੇ ਕੈਪਟਨ ਅਮਰਿੰਦਰ ਸਿੰਘ ਜਾਂ ਪ੍ਰਕਾਸ਼ ਸਿੰਘ ਬਾਦਲ ਨਾਲ ਤੁਹਾਡਾ ਤੇ ਪ੍ਰਕਾਸ਼ ਸਿੰਘ ਬਾਦਲ ਨਾਲ ਪੁਰਾਣਾ ਰਿਸ਼ਤਾ ਰਿਹਾ ਉਹਨਾਂ ਨਾਲ ਗੱਲਬਾਤ ਕਰੋਗੇ ਵਿਚ ਆਓ ਸਰਕਾਰ ਅਤੇ ਕਿਸਾਨਾਂ ਦੇ ਵਿੱਚ ਜੋ ਗੈਪ ਆ ਗਿਆ ਉਸ ਗੈਪ ਨੂੰ ਖਤਮ ਕੀਤਾ ਜਾਵੇ ਗੱਲਬਾਤ ਜਿਹੜੀ ਉਹ ਕੀਤੀ ਜਾਵੇ ਦੇਖੋ ਮੈਂ ਇੱਕ ਬੜਾ ਛੋਟਾ ਜਿਹਾ ਬੰਦਾ ਛੋਟਾ ਜਿਹਾ ਕਿਸਾਨ ਆ ਛੋਟਾ ਜਿਹਾ ਲੀਡਰ ਮੈਂ ਕੋਈ ਜ਼ਿਆਦਾ ਨਹੀਂ ਵੱਡੀ ਗੱਲ ਮੇਰੀ ਮੈਂ ਤਾਂ ਤੁਹਾਡੇ ਰਾਹੀਂ ਉਹਨਾਂ ਕੋਲ ਗੱਲ ਜਾਇਗੀ ਜਾਨੀ ਜਾਨੀ ਵੀ ਚੈ ਹੀ ਦੀ ਹੈ ਹਾਂ ਅਜਬਾਰ ਆਣ ਮੇਲਾ ਦੁਬਾਰਾ ਆਣ ਅਜ ਲੋਕ ਜਿਹੜੇ ਸੜਕਾਂ ਤੇ ਪਏ ਨੇ ਇਹ ਸਾਡੇ ਨੇ ਅਸੀਂ ਇਹਨਾਂ ਕੋਲ ਫੇਰ ਜਾਣਾ ਹੈ ਇਹਨਾਂ ਕੋਲ ਵੋਟਾਂ ਫੇਰ ਲੈਣੀਆਂ ਮਾਨ ਸਮਾਨ ਬਖਸਣਾ ਤਾਂ ਇਹਨਾਂ ਨੇ ਬਖਸਣਾ ਹੈ ਰਾਜਨੀਤੀ ਕਰਨ ਦਾ ਜੇ ਟਾਈਮ ਪਿਆ ਅੱਗੇ ਰਾਜਨੀਤੀ ਕਰ ਲਾਂਗੇ ਜੇਕਰ ਪੰਜਾਬ ਬਚੇਗਾ ਪੰਜਾਬ ਦੇ ਲੋਕ ਬਚੇਗੇ ਪੰਜਾਬ ਦੇ ਲੋਕ ਸੁਰਸਕਤ ਰਹਿਣਗੇ ਪੰਜਾਬ ਲੋਕਾਂ ਦੀ ਖੁਸ਼ ਰਹਿਣਗੇ ਤਾਂ ਅਸੀਂ ਰਾਜਨੀਤੀ ਕਰਾਂਗੇ ਕਿਉਂ ਜ਼ਰੂਰਤ ਪਈ ਤੁਹਾਨੂੰ ਕਿਉਂ ਜ਼ਰੂਰਤ ਪਈ ਕਿ ਪ੍ਰਕਾਸ਼ ਸਿੰਘ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਆਣ ਕਿਉਂ ਲੱਗ ਰਿਹਾ ਕਿ ਸਰਕਾਰ ਦੇ ਹੱਥ ਖੜੇ ਨੇ ਜਾਂ ਸਰਕਾਰ ਨੂੰ ਇਹ ਲੱਗ ਰਿਹਾ ਕਿ ਹੁਣ ਗੈਪ ਆ ਗਿਆ ਉਸ ਗੈਪ ਨੂੰ ਜਿਹੜਾ ਗੱਲ ਨੂੰ ਨਾ ਘੁਮਾ ਦਿੰਦੇ ਹੋ ਮੈਨੂੰ ਇਹ ਠੀਕ ਨਹੀਂ ਲੱਗਦਾ ਘੁਮਾਣੀ ਗੱਲ ਨੂੰ ਮੇਰੀ رائے ਹੈ ਸਰਕਾਰ ਦੇ ਹੱਥ ਖੜੇ ਕਾਦੇ ਵਾਸਤੇ ਸਰਕਾਰ ਦੇ ਕਾ ਮੈਂ ਪੁੱਛ ਰਿਹਾ ਸਰਕਾਰ ਕੀ ਦੀ ਹੈ ਸਰਕਾਰ ਕੀ ਦੀ ਹੈ ਦੱਸੋ ਕਿਨੇ ਬਣਾਈ ਸਰਕਾਰ ਸਰਕਾਰ ਉਤੋਈ ਸਰਕਾਰ ਦੇ ਅਗਰਾਜ ਤਿਲਕ ਹੁੰਦਾ ਸਰਕਾਰ ਦਾ ਆਪ ਹੀ ਬਣੇ ਅਸੀਂ ਬਣਾਈ ਸਾਢੇ ਨੇ ਉਹ ਤੇ ਸਰਕਾਰ ਵੀ ਸਾਡੀ ਕਿਸਾਨ ਵੀ ਸਾਡਾ ਤੇ ਫਿਰ ਟਸਲਵਾਜੀ ਕਰਦੀ ਹੈ ਇੱਕ ਮਜਬੂਰੀ ਹੁੰਦੀ ਹੈ ਹੁਣ ਮੰਨ ਕੇ ਚੱਲੋ ਮੋਦੀ ਸਾਹਿਬ ਦੀ ਕਿਸੇ ਕਾਨੂੰਨ ਦੇ ਵੀ ਤੇ ਮਜਬੂਰੀ ਹੈ ਤੇ ਹੁਣ ਆਪਾਂ ਜਿਹੜੀ ਡਿਮਾਂਡ ਆਪਣੀ ਜਿਹੜੀ ਮੰਗ ਸੀ ਉਹ ਪੂਰੀ ਹੁੰਦੀ ਹੈ ਤੇ ਆਪਾਂ ਜਿੱਦ ਹੁੰਦੇ ਦੇਈ ਹੈ ਉਹਦੇ ਮੈਂ ਤਾਂ ਪਲੀਜ਼ ਰਿਕਵੈਸਟ ਕਰਦਾ ਆਪਾਂ ਕੈਨ ਆਪਾਂ ਹੋਰ ਚਾਰ ਫਾਇਦੇ ਲਈਏ ਜਿਹੜੇ ਕਿਸਾਨਾਂ ਦੇ ਹਿੱਤ ਵਿੱਚ ਹੋਣ ਤੁਸੀਂ ਕਹਿੰਦੇ ਸਰਕਾਰ ਹੋਰ ਫਾਇਦੇ ਦੇਣ ਨੂੰ ਤਿਆਰ ਹੈ ਕਿਉਂ ਨਹੀਂ ਦੇਊਗੀ ਸਰਕਾਰ ਜਦੋਂ ਕਿਸਾਨਾਂ ਦੀ ਸਰਕਾਰ ਹੈ ਦੋ ਚਾਰ ਪੰਜ ਕਿੰਨੇ ਫਾਇਦੇ ਲੋ ਜਿਹੜੀ ਸਾਡੀ ਕੋਈ ਸਮੱਸਿਆ ਮੈਂ ਕਹਿਣਾ ਚਾਹਨਾ ਕਿ ਇੰਨੇ ਲੋਕ ਪੰਜਾਬ ਦੇ ਆਏ ਨੇ ਕੀ ਇਸ ਗੱਲ ਨਾਲ ਸਾਡੀ ਸਮੱਸਿਆ ਹੱਲ ਹੋ ਜੂਗੀ ਨਹੀਂ ਹੁੰਦੀ ਸਾਡੀ ਸਮੱਸਿਆ ਬਹੁਤ ਵੱਡੀ ਹੈ ਸਾਡੀ ਖੇਤੀ ਨੀਤੀ ਬਣਨ ਵਾਲੀ ਹੈ ਅੱਜ ਅੱਜ ਕਿਸਾਨ ਜਿਹੜਾ ਪੰਜਾਬ ਦਾ ਕੀ ਦੇਸ਼ ਦਾ ਕਿਸਾਨ ਅਸੀਂ ਹਨੇਰੇ 'ਚ ਫਿਰਦੇ ਆ ਅਸੀਂ ਇੱਕ ਚੀਜ਼ ਲਾਨੇ ਆ ਕਣਕ ਲਾਨੇ ਆ ਕਿਉਂ ਲਾਨੇ ਆ ਕਿ ਸਾਨੂੰ ਪਤਾ ਯਾਰ ਵਿਕ ਜੂਗੀ ਤੋਂ ਲਾਨੇ ਆ ਤੇ ਵਿਕ ਜੂਗੀ ਕਿ ਹਜੇ ਤੱਕ 70 ਸਾਲਾਂ 'ਚ ਕਦੀ ਖੇਤੀ ਨੀਤੀ ਨਹੀਂ ਬਣ ਪਈ ਕਿੱਥੇ ਬਣੀ ਹੈ ਨਹੀਂ ਬਣ ਪਈ ਕਿੱਥੇ ਬਣੀ ਹੈ ਹਨੇਰੇ 'ਚ ਬਰਜਾ ਦੇਖੋ ਗੱਲ ਸੁਣੋ ਅੱਜ ਕਹਿੰਦੇ ਆ ਵੀ ਟਮਾਟਰ ਜਿਹੜੀ ਅਸੀਂ ਸੜਕਾਂ ਤੇ ਨਹੀਂ ਦੇਖੀ ਟਮਾਟਰ ਆਲੂ ਆਲੂ ਪਿਆਜ਼ ਗੋਭੀ ਸਬਜੀ ਮਟਰ ਕਿੰਨੀ ਕਿੰਨੀ ਉਹ ਸਾਰੀ ਸੜਕਾਂ ਤੇ ਵੀ ਦੇਖੀ 6 ਸਾਲਾਂ 'ਚ ਤੁਹਾਡੀ ਸਰਕਾਰ ਵੀ ਕਿਉਂ ਨਹੀਂ ਬਣਾ ਸਾਰੀ ਸੜਕਾਂ ਦੇਖਿਆ 2 ਰੁਪਏ ਵਿਕਦੀ ਦੇਖਿਆ ਅਸੀਂ 60 80 ਰੁਪਏ 90 ਰੁਪਏ ਆਲੂ ਪਿਆਜ਼ ਟਮਾਟਰ ਵੀ ਖਾ ਕੇ ਦੇਖਿਆ ਤੇ ਗੱਲ ਇਹ ਹੈ ਕਿ ਸਿਸਟਮ ਸਿਸਟਮ ਬਣਾਣਾ ਅੱਜ ਬੜਾ ਸੁਨਹਿਰੀ ਮੌਕਾ ਹੈ ਅੱਜ ਕਿਸਾਨਾਂ ਦੇ ਵਾਸਤੇ ਬੜਾ ਸੁਨਹਿਰੀ ਮੌਕਾ ਹੈ ਜੱਥੇ ਬੰਦियां ਆਣ ਹਰ ਬੈਠ ਕੇ ਗੱਲ ਕਰਨ ਔਰ ਕਾਫੀ ਜਿਹੜੀ ਸੁਝਾਅ ਦੇਣੋਂ ਪਤਾ ਹੈ ਰਾਜੀਵਾਲ ਸਾਹਿਬ ਬਹੁਤ ਸਮਝਦਾਰ ਨੇ ਡਾਕਟਰ ਸਾਹਿਬ ਸਮਝਦਾਰ ਨੇ ਤੁਸੀਂ ਕਹਿ ਰਹੇ ਜਿੱਥੇ ਬੰਦੀਆਂ ਸੁਝਾਅ ਦੇਣ ਔਰ ਸਰਕਾਰ ਨਵੀਂ ਖੇਤੀ ਨੀਤੀ ਬਣਾਉਣ ਦੇ ਲਈ ਤਿਆਰ ਹੈ ਤੇ 6 ਸਾਲਾਂ ਕਿਉਂ ਨਹੀਂ ਬਣਾ ਬਣਾ ਸਕੀ ਨਹੀਂ ਜਦੋਂ ਤੱਕ ਕੋਈ ਦੇਖੋ ਕਿਸੇ ਦਿਨ ਚੰਗਾ ਆਂਦਾ ਨੋ ਪ੍ਰੋਬਲਮ ਅਚਕਕ ਇਹ ਵੀ ਸਾਰਾ ਦਿਨ ਕੋਈ ਨਹੀਂ ਹੁੰਦਾ ਵਕਤ ਆਂਦਾ ਹੈ ਹਰ ਵਕਤ ਨੂੰ ਅਸੀਂ ਸੰਭਾਲ ਲਈ ਹੈ ਤਾਂ ਬੜੀ ਸਮਝਦਾਰੀ ਹੁੰਦੀ ਹੈ ਜੇ ਵਕਤ ਆ ਤੋ ਖੁਜ ਜਾਂਦਾ ਉਹਦੇ ਬਾਅਦ ਗੱਲ ਨਹੀਂ ਰਹਿੰਦੀ ਅਜ ਵਕਤ ਤਾਂ ਸਾਡੇ ਕੋਲ ਅੱਜ ਕਿਸਾਨੀ ਦੀ ਗੱਲ ਕਰਨ ਦਾ ਵਕਤ ਹੈ ਯਾਨੀ ਅੜੀ ਨਾ ਕਰੀਏ ਅੜੀ ਕਰ ਕਾ ਦੀਆ ਆਓ ਜੀ ਸਾਨੂੰ ਕਿਸਾਨਾਂ ਵਾਸਤੇ ਖੇਤੀ ਨੀਤੀ ਬਣਾਓ ਅਸੀਂ ਕਿੰਨੀ ਸਾਨੂੰ ਚਾਹਵ ਲੈਣੇ ਚਾਹੀਦੇ ਕਿੰਨੇ ਚੋਂ ਨੱਕੀ 130 ਕਰੋੜ ਲੋਕ ਕਿੰਨਾ ਖਾਣਗੇ ਕਿੰਨੇ ਖਾਣਗੇ ਆ ਸਾਡੇ ਆਬ ਹਵਾ ਖਰਾਜ ਜੰਗਲ ਅਸੀਂ ਲਾ ਸਕਦੇ ਹਾਂ ਜੰਗਲ ਦੇ ਵਿੱਚ ਵੀ ਕਿਸਾਨਾਂ ਨੂੰ ਸਹੂਲਤ ਦਿੱਤੀ ਜਾਂਦੀ ਹੈ ਬੈਂਕ ਰਾਹੀਂ ਜੋੜ ਕੇ 7 ਸਾਲ ਜੇ ਬਾਅਦ ਫਸਲ ਜੇ ਤਿਆਰ ਹੁੰਦਾ ਰੁੱਖ ਉਹਦੇ ਬਾਅਦ ਉਹਦੀ ਕੀਮਤ ਜਿੰਨੀ ਹੁੰਦੀ ਹੈ ਬੈਂਕ ਆਪ ਦੀ ਕਟੜ ਬਹੁਤ ਮੈਂ ਜੇਕਰ ਕਹਿਣ ਲੱਗਾ ਤਾਂ ਬੜਾ ਕੁਝ ਹੋ ਸਕਦਾ। ਇਸ ਅੰਦੋਲਨ ਦੇ ਫਾਇਦੇ ਵੀ ਹੈ ਕਿਉਂਕਿ ਤੁਸੀਂ ਵੀ ਕਿਸਾਨ ਹੋ ਔਰ ਹੁਣ ਮੌਕਾ ਵਾ। ਹੁਣ ਮੌਕਾ ਹੈ ਕਿ ਪਹਿਲਾਂ ਸਰਕਾਰਾਂ ਨੇ ਨਹੀਂ ਕੁਝ ਕੀਤਾ ਤਾਂ ਸਰਕਾਰਾਂ ਕੋਲੋਂ ਗੱਲਾਂ ਮਨਵਾਈਆਂ ਜਾ ਸਕਦੀਆਂ ਨੇ ਸਿਰਫ ਕਾਨੂੰਨਾਂ ਨੂੰ ਲੈ ਕੇ ਨਹੀਂ ਬਾਕੀ ਗੱਲਾਂ ਨੂੰ ਲੈ ਕੇ ਵੀ ਸਰਕਾਰ ਐਸ ਵੇਲੇ ਗੱਲਾਂ ਮੰਨਣ ਨੂੰ ਤਿਆਰ ਹੈ। ਬਿਨਾਂ ਵਜ੍ਹਾ ਦਵਾਈ ਨਹੀਂ ਖਾਣੀ ਚਾਹੀਦੀ ਹੈ। ਜੇਕਰ ਜਦੋਂ ਰੋਗ ਹੁੰਦਾ ਦਵਾਈ ਖਾਓ ਫਾਇਦਾ ਹੁੰਦਾ ਹੈ। ਹਾਂ। ਹੁਣ ਕੀ ਹੈ ਕਿ ਸਾਡਾ ਜਿਹੜਾ ਰੋਗ ਹੈ ਉਹ ਸਮਝ ਆ ਚੁੱਕੀ ਹੈ ਡਾਕਟਰ ਨੇ ਨਬਜ ਫੜ ਲਈਏ ਤਾਂ ਅਸੀਂ ਉਹਨਾਂ ਦੀ ਦਵਾਈ ਚੰਗੀ ਲਈਏ ਤਾਂ ਕਿ ਕਿਸਾਨ ਖੁਸ਼ਹਾਲ ਹੋਏ ਮੇਰੇ ਕਹਿਣ ਆਏ ਹੁਣ ਮੀਟਿੰਗ ਅਗਲੀ ਕੋਈ ਬਾਤ ਹੈ ਕਿਤੇ ਕਿ ਪਹਿਲਾਂ ਚਰਚਾ ਸੀ 15 ਤਰੀਕ ਨੂੰ ਲੈ ਕੇ ਕੁਝ ਕਿਸਾਨ ਜਥੇਬੰਦੀਆਂ ਕਹਿ ਵੀ ਰਹੀਆਂ ਮੀਟਿੰਗ ਅਜੇ ਕੋਈ ਤੈ ਨਹੀਂ ਹੋਈ ਮੀਟਿੰਗ ਦੇ ਵਿੱਚ ਨਾ ਮਤਲਬ ਕਿ ਯੈਸ অর ਨੋ ਉਹਦੇ ਵਿੱਚ ਮੀਟਿੰਗ ਫਿਰ ਤੁਹਾਡੇ মিডিਆ ਸਾਰਾ ਫੇਲ ਹੋ ਗਈ ਮੀਟਿੰਗ ਬਲ ਸਿੱਟਾ ਰੀ ਸਿੱਟਾ ਤਾਂ ਫਿਰ ਆਣਾ ਨਹੀਂ ਸਿੱਟਾ ਦਾ ਤਾਂ ਹੀ ਆਊਗੀ ਕੋਈ ਥੋੜੀ ਵਿਤਾਰ ਲਾਪ ਕਰਕੇ ਹੁਣ ਸਾਰਾ ਗੱਲ ਜਿਹੜੀ ਹੈ ਨਾ ਸਾਰੀ ਦੀ ਸਾਰੀ ਗੱਲ ਜੱਥੇਬੰਦੀਆਂ ਕੋਲ ਹੈ ਜਿਹੜੇ 30 35 ਬੰਦੇ ਨੇ ਮੇਰੇ ਵਰਗੇ ਛੋਟੇ ਜਿਹੇ ਨੂੰ ਬੁਲਾ ਲੈਣ ਮੈਂ ਗੱਲ ਕਰ ਲੈਣਾ ਮੈਂ ਤਾਂ ਕਹਿੰਦੇ ਵੀ ਇਥੇ ਆਣ ਨਹੀਂ ਦੇਣਾ ਮੈਂ ਤਾਂ ਡਰਦਾ ਜਾਂਦਾ ਹੀ ਨਹੀਂ ਮੈਂ ਵੀ ਕੀ ਬਤਾ ਚਲੋ ਨਿਰਾਸ਼ਗੀ ਹੁੰਦੀ ਹੈ ਠੀਕ ਹੈ ਤੁਸੀਂ ਕਹ ਰਹੇ ਜੱਥੇਬੰਦੀਆਂ ਅਗਰ ਸਿੰਘੂ ਬੁਲਾਣੀਆਂ ਕਿਤੇ ਬੁਲਾਣ ਤੁਸੀਂ ਜਾ ਕੇ ਗੱਲਬਾਤ ਕਰੋਗੇ ਜੱਥੇਬੰਦੀਆਂ ਨਾਲ ਗੱਲਬਾਤ ਕਰ ਕਰਕੇ ਜੋ ਵੀ ਗੱਲਾਂ ਬਾਤਾਂ ਨੇ ਉਹ ਕੀਤੀਆਂ ਕੀਤੀਆਂ ਜਾਣ ਦੇਖੋ ਮੈਂ ਇੱਕ ਜੱਥੇਬੰਦੀ ਨੂੰ ਪ੍ਰਾਰਥਨਾ ਕਰਦਾ ਜਿਸ ਤਰ੍ਹਾਂ ਅਨਾਉਂਸਮੈਂਟ ਤੇ ਕਹਿੰਦੇ ਵੀ ਬੀਜੇਪੀ ਦੇ ਬ ਬੀਜੇਪੀ ਦਾ ਜਿਹੜਾ ਛੋਟਾ ਵਰਕਰ ਹੈ ਪੰਜਾਬ ਦੇ ਕੀ ਕਸੂਰ ਉਹਦਾ ਤੁਸੀਂ ਐਡੀ ਵੱਡੀ ਤਾਕਤ ਲੈ ਕੇ ਮੋਦੀ ਸਾਹਿਬ ਕੋਲ ਆ ਗਿਆ ਪਰ ਮੋਦੀ ਸਾਹਿਬ ਨੇ ਘੇਰ ਲਿਆ ਯਾਨੀ ਸਰਕਾਰ ਨੂੰ ਘੇਰ ਲਈ ਉਹ ਵਿਚਾਰੇ ਛੋਟੇ ਛੋਟੇ ਕੋ ਜਿਲ੍ਹਾ ਪ੍ਰਧਾਨ ਹੋਰ ਹੈ ਉਹਨਾਂ ਦੇ ਘਰਾਂ ਦੇ ਅੱਗੇ ਪਲੀਜ਼ ਮੇਰੀ ਰਿਕਵੈਸਟ ਹੈ ਵੀ ਅੱਜ ਹੀ ਅਗਰ ਮੇਰੀ ਸੁਣਨ ਤੇ ਮੇਰੀ ਪ੍ਰਾਰਥਨਾ ਹੈ ਕਿ ਬੀਜੇਪੀ ਦੇ ਵਰਕਰਾਂ ਦੇ ਨਾਲ ਕੋਈ ਉਹ ਤੁਹਾਡੇ ਬੱਚੇ ਨੇ ਤੁਸੀਂ ਉਹਨਾਂ ਦੇ ਮਾਪਿ ਹੋ ਆਪਾਂ ਇਕੱਠੇ ਰਹਿੰਦੇ ਆ ਉਹਨਾਂ ਦੀ ਦੁਕਾਨਾਂ ਤੇ ਜਾਂਦੇ ਆ ਆਪਣੇ ਖੇਤਾਂ 'ਚ ਜਾਂਦੇ ਸਾਰੇ ਇੱਕੋ ਗੱਲ ਹੈ ਤਾਂ ਪਲੀਜ਼ ਆਪਾਂ ਪੰਜਾਬ ਦੇ ਵਿੱਚ ਮੋਲ ਜਿਹੜਾ ਇਹਨੂੰ ਅੱਛਾ ਰੱਖੀਏ ਜਦੋਂ ਆਪਾਂ ਦਿੱਲੀ ਆ ਕੇ ਘੇਰ ਲਈ ਤਾਂ ਛੋਟੇ ਛੋਟੇ ਵਰਕਰ ਨੂੰ ਕੀ ਫਾਇਦਾ ਦੱਸੋ ਕੋਈ ਹੈ ਹੁਣ ਅੰਸ਼ਨ ਤੇ ਬੈਠਣ ਦੀ ਗੱਲ ਵੀ ਕੀਤੀ ਜਾ ਰਹੀ ਹੈ 14 ਤਰੀਕ ਨੂੰ ਅੰਸ਼ਨ ਤੇ ਬ ਕੇ ਜੋ ਚੜੂਣੀ ਹੋ ਰਹੀ ਨੇ ਕੋ ਨਾਮ ਸਿੰਘ ਚੜੂਣੀ ਉਹ ਕਹ ਰਹੇ ਕਿ ਮੈਂ ਅਨਿਸ਼ਚਿਤ ਕਾਰ ਲਈ ਅੰਸ਼ਨ ਤੇ ਬੈਠਾਂਗਾ ਕਾਦੇ ਵਾਸਤੇ ਬੈਠਣਾ ਹਾਂ ਕਾਦੇ ਵਾਸਤੇ ਬੈਠਾ ਜਾਂਦਾ ਦੱਸੋ ਤੁਸੀਂ ਦੱਸੋ ਅੰਸ਼ਨ ਹੜਤਾਲ ਕਾਦੇ ਵਾਸਤੇ ਕੀਤੀ ਜਾਂਦੀ ਹੈ ਪ੍ਰੈਸ਼ਰ ਬਣਾਉਣ ਵਾਸਤੇ ਪ੍ਰੈਸ਼ਰ ਵਾਸਤੇ ਬਣਾਉਣਾ ਚਾਹੀਦਾ ਬਿਲਕੁਲ ਯਾਰ ਸਾਡੀ ਗੱਲ ਮੰਨੀ ਜਾਏ ਉਸੇ ਵਾਸਤੇ ਹੁਣ ਉਹਦੇ ਬਾਅਦ ਫਾਲਤੂ ਕਿਸੇ ਤਰ੍ਹਾਂ ਦਾ ਔਰ ਅਗਲੀ ਗੱਲ ਕਰਨਾ ਇਸ ਤੋਂ ਵੱਡਾ ਪ੍ਰੈਸ਼ਰ ਬਣ ਸਕਦਾ ਇਸ ਤੋਂ ਵੱਡਾ ਕਿਸਾਨ ਸੰਗਠਨ ਕਦੇ ਹੋ ਸਕਦਾ ਬਦਨੀ ਹੋ ਸਕਦਾ ਨਾ ਹੁਣ ਤਾਂ ਸਾਨੂੰ ਇਸ ਸੰਗਠਨ ਨੂੰ ਸਾਹਮਣੇ ਲੋੜ ਹੈ ਸਮਝਦਾਰ ਨਾਲ ਸਿੱਝ ਤਾਕਤ ਨੂੰ ਸਾਹਮ ਕੇ ਔਰ ਇਕੱਠੀ ਕਰਕੇ ਰੱਖੀਏ ਇਹ ਤਾਕਤ ਸਾਨੂੰ ਬਹੁਤ ਲੰਬੇ ਸੱਕ ਕੰਮ ਦੇਗੀ ਜੇ ਸਤ ਤਾਕਤ ਨੂੰ ਅਸੀਂ ਖਿੰਡਾ ਲਈ ਤੇ ਮੁੜ ਕੇ ਤਾਕਤ ਇਕੱਠੀ ਨਹੀਂ ਹੋਣੀ ਅ ਸਰਕਾਰ ਜਿਹੜੀ ਹੈ ਬੀਜੇਪੀ ਦੀ ਆ ਜਿਹੜੀ ਸੈਂਟਰ ਸਰਕਾਰ ਹੈ ਕਿਸਾਨਾਂ ਦੀ ਹਰ ਗੱਲ ਮੰਨਣ ਨੂੰ ਤਿਆਰ ਹੈ ਆਓ ਨੌਜਵਾਨਾਂ ਨੂੰ ਵੀ ਔਰ ਸਾਰੇ ਸਮਝ ਕੇ ਆਪਾਂ ਔਰ ਫਾਇਦਾ ਕਰਾਈਏ ਕੋਈ ਖੇਤੀ ਨੀਤੀ ਬਣਾ ਕੇ ਅੱਛੇ ਜੋ ਆਬੋ ਹਵਾ ਜੇ ਖਰਾਬ ਹੁੰਦੀ ਹੈ ਤਾਂ ਆਪਣਾ ਸਾਰਿਆਂ ਦਾ ਨੁਕਸਾਨ ਹੈ ਕੋ ਖਾਲੀ ਕੋਈ ਸੈਂਟਰ ਸਰਕਾਰ ਦਾ ਨੁਕਸਾਨ ਨਹੀਂ ਹੈ ਜੇ ਪੰਜਾਬ ਚ ਆਬੋਆ ਖਰਾਬ ਹੁੰਦੀ ਹੈ ਜਾਂ ਮੌਲ ਖਰਾਬ ਹੁੰਦਾ ਹੈ ਤਾਂ ਉਹਦੇ ਵਿੱਚ ਸਾਰਿਆਂ ਦਾ ਨੁਕਸਾਨ ਹੈ ਅਸੀਂ 14 ਸਾਲ ਸੰਤਾਪ ਹੋ ਗਿਆ ਹੈ ਤਾਂ ਮੇਰੀ ਤੇ ਕੋਈ ਪ੍ਰਾਰਥਨਾ ਤੁਹਾਨੂੰ ਮੈਨ ਪ੍ਰਾਰਥਨਾ ਹੈ ਅੱਜ ਦੇ ਦਿਨ ਦੇ ਵਿੱਚ ਕੀ ਹੈ ਕਿ ਕੈਪਟਨ ਸਾਹਿਬ ਮੇਲਾ ਤਾਓ ਬਾਦਲ ਸਾਹਿਬ ਬਾਵੇਂ ਸਿਹਤ ਠੀਕ ਨਹੀਂ ਹੈ ਜਰੂਰ ਆਓ ਆਪ ਆਪ ਦਾ ਬੰਦੇ ਲੈ ਕੇ ਆਓ ਮੋਦੀ ਸਾਹਿਬ ਕੁਕਵੀਰ ਸਿੰਘ ਬਾਦਲ ਨਹੀਂ ਪ੍ਰਕਾਸ਼ ਸਿੰਘ ਬਾਦਲ ਦੇਖੋ ਬਾਦਲ ਸਾਹਿਬ ਦੇ ਜਿਹੜੀ ਰੈਕਸਟ ਹੈ ਦੇਖੋ ਉਹ ਤਾਂ ਬਾਦਲ ਸਾਹਿਬ ਦੀ ਜਿਹੜੀ ਗੱਲ ਮੋਦੀ ਸਾਹਿਬ ਜਾਂ ਹੋਰ ਹੈ ਉਹ ਆ ਕੇ ਸੁਣ ਦੱਸਣ ਤਕਵੀਰ ਸਿੰਘ ਬਾਦਲ ਦੀ ਗੱਲ ਕਿਸਾਨ ਨਹੀਂ ਮੰਨਣਗੇ ਕਿਸਾਨ ਜੱਥੇਬੰਦੀਆਂ ਨਹੀਂ ਮੰਨਣਗੀਆਂ ਪ੍ਰਕਾਸ਼ ਸਿੰਘ ਬਾਦਲ ਬਾਦਲ ਬਾ ਤਾਂ ਮੈਂ ਵੀ ਦੇਖਿਆ ਹੈ ਕਿ ਪ੍ਰਧਾਨ ਮੰਤਰੀ ਮੋਦੀ ਵੀ ਪੈਰੀ ਹੱਥ ਲਾਂਦੇ ਜਿੱਥੇ ਮੁਲਾਕਾਤ ਦੇਖੋ ਬਾਦਲ ਸਾਹਿਬ ਇੱਕ ਅਲਗ ਅਲੱਗ ਹਸਤੀ ਹੈ ਦੇਖੋ ਹੁਣ ਮੈਂ ਇਹ ਗੱਲ ਕਹਿੰਦਾ ਠੀਕ ਹੈ ਉਹਨਾਂ ਦੇ ਬਾਰੇ ਵੀ ਲੋਕ ਕੁਝ ਬੋਲਦੇ ਨੇ ਪਰ ਬਾਦਲ ਸਾਹਿਬ ਦੇਵਤਾ ਇਨਸਾਨ ਇਹਨੋਂ ਉੱਪਰ ਮੈਂ ਇਹਦੇ ਵਿੱਚ ਕੁਝ ਦੋ ਨਹੀਂ ਕਿਰੀ ਉਹ ਮੰਨੀ ਜਾਏਗੀ ਪ੍ਰਕਾਸ਼ ਸਿੰਘ ਬਾਦਲ ਦੀ ਗੱਲ ਕਿਸਾਨ ਹਣੇ ਬਾਦ ਨਾ ਬੇਟੇ ਬੇਟੇ ਦੇਖਣ ਬਸ ਸਾਬ ਜਿਹੜਾ ਮਤਲਬ ਐ ਨਹੀਂ ਬਸ ਆਣ ਕਿਸਾਨ ਜਿੱਥੇ ਬੰਦੀਆਂ ਕੋਲ ਜਾਣ ਤੱਕ ਬਸ ਮੋੜਦੇ ਕੋਈ ਗੱਲ ਨਹੀਂ ਅਗਰ ਚਾਰ ਕਿਸੇ ਮੇਰੇ ਬੱਚੇ ਨੇ ਭਰਾਵਾਂ ਨੇ ਕੋਈ ਗੱਲ ਕਹਿ ਦੇਣ ਕਹਿਣ ਦਿਓ ਅਗਰ ਸਾਡੇ ਪਾਸੇ ਗੁੱਸਾ ਨਹੀਂ ਕਢਾਂਦੇ ਹੁੰਦੇ ਅਸੀਂ ਵੋਟਰਾਂ ਦੇ ਜਾਂਦੇ ਸਾਡੇ ਲੋਕ ਗੁੱਸਾ ਕੱਢਦੇ ਨੇ ਉਹ ਗੁੱਸਾ ਕੱਢ ਕੇ ਬੈਠਣੇ ਹੋ ਜਾਂਦੇ ਨੇ ਦੇਵੀ لال ਚੋਟਾਲਾ ਦੇ ਜੋ ਪੋਤੇ ਨੇ ਦਸ਼ਨ ਚੋਟਾਲਾ ਉਹ ਹਰਿਆਣੇ ਚ ਡਿਪਟੀ ਸੀਐਮ ਹੈ ਉਹ ਕੱਲ ਨਰਿੰਦਰ ਸਿੰਘ ਤੋਮਰ ਖੇਤੀਬਾੜੀ ਮੰਤਰੀ ਨੂੰ ਮਿਲਿਆ ਕਹਿੰਦੇ 40 ਘੰਟਿਆਂ ਚ ਮਸਲੇ ਦਾ ਹੱਲ ਹੋਂ ਦੀ ਉਮੀਦ ਤੁਹਾਨੂੰ ਲੱਗਦਾ ਹੈ ਕਿ ਦੁਸ਼ਨ ਚੋਟਾਲਾ ਦਾ ਪ੍ਰਭਾਵ ਹੋਏਗਾ ਹਾਲਾਂਕਿ ਹੁੱਕਾ ਪਾਣੀ ਬੰਦ ਕਰ ਦਿੰਦਾ ਹਰਿਆਣੇ 'ਚ ਦੁਸ਼ਨ ਚੋਟਾਲਾ ਹੋਰ ਹੈ ਮੈਂ ਉਸ ਬਾਰੇ ਕੁਝ ਨਹੀਂ ਕਹਿ ਸਕਦਾ ਜੀ ਦੇਖੋ ਉਹਨਾਂ ਦੀ ਰਾਜਨੀਤੀ ਹੈ ਉਹ ਕਿਸ ਗੱਲ ਤੇ ਕਹਿੰਦੇ ਨੇ ਤਾਂ ਹਰੇਕ ਗੱਲ ਕੋਈ ਮੇਰੇ ਕਹਿੰਦੀ ਨਹੀਂ ਦੁਸ਼ਨ ਚੋਟਾਲਾ ਵੀ ਤੁਹਾਨੂੰ ਲੱਗਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਪ੍ਰਕਾਸ਼ ਸਿੰਘ ਬਾਦਲ ਦੇ ਨਾਲ-ਨਾਲ ਦੁਸ਼ਨ ਚੋਟਾਲਾ ਵੀ ਅਗਰ ਗੱਲਬਾਤ ਕਰਨ ਤਾਂ ਹੱਲ ਹੋ ਸਕਦਾ ਨਹੀਂ ਦੇ ਓਮ ਪ੍ਰਕਾਸ਼ ਚੋਟਾਲਾ ਆਣਤਾ ਥੋੜੀ ਗੱਲ ਬਣਦੀ ਹੈ ਓਮ ਪ੍ਰਕਾਸ਼ ਚੋਟਾਲਾ ਓਮ ਪ੍ਰਕਾਸ਼ ਚੋਟਾਲਾ ਖੁਦ ਆਣ ਕੈਪਟਨ ਤੇ ਰਾਜਨੀਤੀ ਕਰਨੀ ਅਸੀਂ ਕਰ ਲਾਂਗੇ ਰਾਜਨੀਤੀ ਨੂੰ ਕੋਈ ਰੋਕਦਾ ਪ੍ਰਜਾਤੰਤਰ ਦੇ ਵਿੱਚ ਰਾਜਨੀਤੀ ਕਿੱਥੇ ਨਹੀਂ ਜਾਣੀ ਜੇ ਸਾਡਾ ਮਾਹੌਲ ਠੀਕ ਰਿਹਾ ਸਾਡੇ ਬੱਚੇ ਸਾਡੇ ਬੁਜੁਰਗ ਸਵਸਥ ਰਹਿਣ ਸਾਰੇ ਰਹਿਣ ਠੀਕ ਹੈ ਲੋਕਾਂ ਨੇ ਵੋਟਾਂ ਤਾਂ ਨੀਤੀ ਨਾਲ ਪਾਣੀ ਜਿੱਦੀ ਕੁਝ ਤਾਂ ਪਾਰਟੀ ਨਾਲ ਬੰਦੇ ਹੁੰਦੇ ਨੇ ਕੁਝ ਨੀਤੀ ਨਾਲ ਪਾਉਂਦੇ ਨੇ ਕੋਈ ਬੰਦਾ ਦੇਖ ਕੇ ਪਾਉਂਦੇ ਨੇ ਕੋਈ ਪਾਰਟੀ ਦੇਖ ਕੇ ਪਾਉਂਦੇ ਨੇ ਕੋਈ ਕੰਮ ਦੇਖ ਕੇ ਪਾਉਂਦੇ ਨੇ ਕਈ ਤਰ੍ਹਾਂ ਦੀ ਮਤਲਬ ਪ੍ਰਜਾਤੰਤਰ ਦੇ ਵਿੱਚ ਅਲੱਗ-ਅਲੱਗ ਸੋਚ ਹੈ ਬੰਦਾ ਕਿਸ ਤਰ੍ਹਾਂ ਕਰਦਾ ਪਰ ਅੱਜ ਲੋੜ ਹੈ ਉਹਨਾਂ ਲੋਕਾਂ ਦੀ ਅਗਰ ਖੁੱਜ ਗਏ ਨਾ ਤਾਂ ਆਉਣ ਵਾਲੀ ਪੀੜ੍ਹੀ ਜਿਹੜੀ ਹੈ ਇਹ ਕਿ ਪੰਜਾਬ ਦੇ ਲੋਕਾਂ ਨੇ ਪੰਜ ਵਾਰੀ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਬਣਾਇਆ ਦੋ ਵਾਰੀ ਕੈਪਟਨ ਸਾਹਿਬ ਬਣੇ ਨੇ ਔਰ ਸਾਡੇ ਵਰਗੇ ਛੋਟੇ-ਛੋਟੇ ਬਹੁਤ ਲੋਕ ਨੇ ਜਿਨ੍ਹਾਂ ਨੇ ਇਹਨਾ ਕਰਕੇ ਆਨੰਦ ਮਾਣਿਆ ਤਾਂ ਅੱਜ ਇਹਨਾਂ ਦੇ ਦੁੱਖ ਦੇ ਵੀ ਸਾਹਮਣੇ ਲੋਕ ਕੇ ਸਰਕਾਰ ਦੀ ਵੀ ਕੋਈ ਮਜਬੂਰੀ ਹੈ ਇਹਨਾਂ ਦੀ ਵੀ ਕੋਈ ਮਜਬੂਰੀ ਹੈ ਅੱਛੇ ਕਿਸਾਨਾਂ ਨਾਲ ਨੀਤੀ ਦੇ ਵਾਸਤੇ ਅੱਛਾ-ਅੱਛੇ ਕੰਮ ਕਰਕੇ ਜਾਈਏ ਮੇਰੀ ਤੇ ਪ੍ਰਾਰਥਨਾ ਹੈ ਧੰਨਵਾਦ ਤਾਂ ਸਰਜੀਤ ਕੁਮਾਰ ਜੈਨੀ ਕੈਪਟਨ ਅਮਰਿੰਦਰ ਸਿੰਘ ਪ੍ਰਕਾਸ਼ ਸਿੰਘ ਬਾਦਲ ਤੇ ਓਪੀ ਚੋਟਾਲਾ ਹੋਰਾਂ ਨੂੰ ਇੱਕ ਨਿਵੇਦਨ ਕਰ ਰਹੇ ਨੇ ਰਿਕੁਐਸਟ ਕਰ ਰਹੇ ਨੇ ਕਿ ਜੋ ਕਿਸਾਨ ਜਥੇਬੰਦੀਆਂ ਤੇ ਸਰਕਾਰ ਦੇ ਵਿਚਾਲੇ ਗੱਲਬਾਤ ਨਹੀਂ ਬਣ ਰਹੀ ਉਹ ਅੱਗੇ ਆਣ ਉਹ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਕਰਨ ਸਰਕਾਰ ਦੇ ਨਾਲ ਗੱਲਬਾਤ ਕਰਨ ਔਰ ਮਸਲੇ ਦਾ ਹੱਲ ਹੋਵੇ ਔਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਕਿਸਾਨ ਜਥੇਬੰਦੀਆਂ ਇਸ ਵੇਲੇ ਮੌਕਾ ਵੈ ਨਵੀਂ ਖੇਤੀ ਨੀਤੀ ਬਣਾਈ ਜਾਵੇ ਔਰ ਮਸਲੇ ਦਾ ਹੱਲ ਕੱਢਣ ਦੀ ਕੋਸ਼ਿਸ਼ ਜੜੀ ਹੈ ਉਹ ਕੀਤੀ ਜਾਵੇ ਕੈਮਰਾਮੈਨ ਅਜੇ ਦੇ ਨਾਲ ਪੰਕਜ ਕੁਪਾਈ న్యూਸ 18 ਦਿੱਲੀ